ਜਿਹੜੇ ਅੱਜ ਆੜ੍ਹਤੀਆਂ ਸਾਹਿਬਾਨਾਂ ਵੱਲੋਂ ਧਰਨਾ ਸੀਗਾ ਉਹਦੇ ਸੰਬੰਧ ਵਿੱਚ ਸੀਮ ਸਾਹਿਬ ਨੇ ਪਹਿਲਾਂ ਹੀ ਮੀਟਿੰਗ ਲਈ ਹੋਈ ਆ ਅਤੇ ਉਹਨਾਂ ਨੇ ਭਰੋਸਾ ਦਵਾਇਆ ਵੀ ਜਿਹੜਾ ਆ ਕਿਸਾਨਾਂ ਦੀ ਜਿਹੜੀ ਫਸਲ ਆ ਉਹ ਇੱਕ ਇੱਕ ਦਾਣਾ ਜਿਹੜਾ ਉਹ ਚੁੱਕਿਆ ਜਾਏਗਾ ਅਤੇ ਉਹਦੀ ਅਦਾਇਗੀ ਆ ਜਿਹੜੀ ਉਹ 72 ਘੰਟਿਆਂ ਵਿੱਚ ਜਿਹੜੀ ਕਿਸਾਨਾਂ ਦੇ ਜਿਹੜੇ ਖਾਤੇ ਵਿੱਚ ਆਏਗੀ। ਕਿੰਨੇ ਦਿਨ ਲੱਗ ਸਕਦੇ ਆ? ਤਕਰੀਬਨ ਇੱਕ ਅੱਜ ਫਿਰ ਇਹਨਾਂ ਡੀ ਸੀ ਸਾਹਿਬ ਨਾਲ ਮੀਟਿੰਗ ਰੱਖੀ ਆ ਸੀਮ ਸਾਹਿਬ ਦੀ, ਇਹਦੇ ਉੱਤੇ ਚੱਲ ਰਹੀ ਡਿਸਕਸ, ਜਿਹੜੀ ਇੱਕ ਮਜ਼ਦੂਰਾਂ ਦੀ ਯੂਨੀਅਨ ਵੱਲੋਂ ਵੀ ਹੜਤਾਲ ਕੀਤੀ ਗਈ ਹੈ ਉਹਨਾਂ ਦੀ ਮਜ਼ਦੂਰੀ ਨੂੰ ਵਿੱਚ ਵਾਧੇ ਵਾਧੇ, ਉਹਦੇ ਬਾਅਦ ਵੀ ਅੱਜ ਡਿਸਕਸ ਹੋਏਗੀ ਅਤੇ ਜਲਦੀ ਫੈਸਲਾ ਲਿਆ ਜਾਏਗਾ। ਇੱਕ ਦੋ ਦਿਨ ਤੱਕ ਹੋ ਜਾਏਗਾ? ਹਾਂਜੀ। ਜਿਹੜਾ ਸਾਡੀ ਝੋਨੇ ਦੀ ਪ੍ਰਕਿਓਰਮੈਂਟ ਆ, ਝੋਨੇ ਦਾ ਸੀਜ਼ਨ ਆਉਣ ਖੜ੍ਹਾ ਆ, ਜਿਹੜੀ ਸਾਡੀ ਸਟੇਟ ਆ ਇਹ ਇੱਕ ਐਗਰੀਕਲਚਰ ਸਟੇਟ ਆ, ਅਤੇ ਇਹਦੇ ਜੇ ਪ੍ਰਕਿਓਰਮੈਂਟ ਝੋਨੇ ਦੀ ਟਾਈਮ ਸਿਰ ਨਹੀਂ ਹੁੰਦੀ ਤਾਂ ਬਹੁਤ ਵੱਡਾ ਸਟੇਟ ਨੂੰ ਨੁਕਸਾਨ ਹੋਏਗਾ ਅਤੇ ਕਿਸਾਨਾਂ ਨੂੰ ਨੁਕਸਾਨ ਹੋਏਗਾ। ਇਹ ਧਰਨਾ ਜਿਹੜਾ ਆ ਇਹ ਪੰਜਾਬ ਦੀ ਆੜ੍ਹਤ ਯੂਨੀਅਨ ਵੱਲੋਂ ਦਿੱਤਾ ਗਿਆ, ਨਾਲ ਲੇਬਰ ਯੂਨੀਅਨ ਵੱਲੋਂ ਦਿੱਤਾ ਗਿਆ ਆ, ਤਾਂ ਜੋ ਪਹਿਲੀ ਗੱਲ ਤਾਂ ਕਿ ਲੇਬਰ ਦੀ ਜਿਹੜੀ ਸਾਡੀ ਹਰਿਆਣੇ ਦੇ ਨਾਲ ਮੈਚਿੰਗ ਨਹੀਂ ਹੁੰਦੀ, ਹਰਿਆਣੇ ਦੇ ਵਿੱਚ ਲੇਬਰ ਬਹੁਤ ਹੈ ਅਤੇ ਸਾਡੇ ਇੱਥੇ ਲੇਬਰ ਘੱਟ ਦਿੱਤੀ ਜਾਂਦੀ ਆ, ਇਸ ਕਰਕੇ ਸਾਡੀ ਜਿਹੜੀ ਲੇਬਰ ਯੂਨੀਅਨ ਆ ਇਹ ਵੀ ਅੱਜ ਧਰਨੇ 'ਤੇ ਆ। ਜਿਹੜੀ ਆੜ੍ਹਤੀਆਂ ਦੀ ਮੇਨ ਗੱਲ ਹੈ ਕਿ ਪ੍ਰਕਿਓਰਮੈਂਟ ਜਿਹੜੀ ਆ ਝੋਨੇ ਦੀ, ਇਹ ਸਰਕਾਰ ਨੇ ਕੋਈ ਚੰਗੇ ਪ੍ਰਬੰਧ ਅਜੇ ਤੱਕ ਨਹੀਂ ਕੀਤੇ ਗਏ, ਇਹ ਜਿਹੜੇ ਸੈਲਰ ਐਸੋਸੀਏਸ਼ਨ ਆ ਇਹਨਾਂ ਦਾ ਵੀ ਧਰਨਾ ਹੈ ਨਾਲ ਕਿ ਛੇਤੀ ਤੋਂ ਛੇਤੀ ਐਗਰੀਮੈਂਟ ਕੀਤਾ ਜਾਵੇ ਸਰਕਾਰ ਦੇ ਨਾਲ, ਤਾਂ ਜੋ ਜਿਹੜਾ ਝੋਨਾ ਮੰਡੀਆਂ ਦੇ ਵਿੱਚ ਆ ਰਿਹਾ ਆ ਕਿਸਾਨਾਂ ਦਾ, ਉਹਨਾਂ ਨੂੰ ਇੱਥੇ ਜ਼ਿਆਦਾ ਚਿਰ ਨਾ ਖਜਲ ਹੋਣਾ ਪਏ ਅਤੇ ਛੇਤੀ ਤੋਂ ਛੇਤੀ ਉਹਨਾਂ ਦਾ ਝੋਨਾ ਪ੍ਰਕਿਓਰਮੈਂਟ ਹੋ ਕੇ ਜਾਣ ਵਾਲਾ ਬਣੇ। ਜੇ ਸੈਲਰ ਨਾਲ ਐਗਰੀਮੈਂਟ ਨਹੀਂ ਹੁੰਦਾ ਤਾਂ ਜਿਹੜਾ ਝੋਨਾ ਹੈ ਉਹ ਮੰਡੀਆਂ ਦੇ ਵਿੱਚ ਰੁਲੇਗਾ ਅਤੇ ਇਸ ਕਰਕੇ ਆੜ੍ਹਤੀਆਂ ਦਾ ਨੁਕਸਾਨ ਹੋਏਗਾ। ਪਿਛਲੀ ਵਾਰ ਵੀ ਬਹੁਤ ਨੁਕਸਾਨ ਹੋਇਆ ਹੈ, ਇਸ ਕਰਕੇ ਆੜ੍ਹਤੀਆਂ ਨੇ ਇਕਮੁੱਠ ਹੋ ਕੇ ਸਾਰਿਆਂ ਨੇ ਫੈਸਲਾ ਕੀਤਾ ਹੈ ਕਿ ਜਿਨ੍ਹਾਂ ਤੀਕਰ ਸਰਕਾਰ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਜਾਂਦੇ ਉਹਨਾਂ ਤੀਕਰ ਅਸੀਂ ਧਰਨੇ 'ਤੇ ਰਹਾਂਗੇ ਅਤੇ ਇਸ ਦਾ ਕੋਈ ਸਰਕਾਰ ਨੂੰ ਛੇਤੀ ਤੋਂ ਛੇਤੀ ਹੱਲ ਕੱਢਣਾ ਪਏਗਾ। ਮੁੱਦਾ 2018 ਦੇ ਵਿੱਚ ਗੌਰਮੈਂਟ ਆਫ ਇੰਡੀਆ ਨੇ ਸਾਡੀ ਆੜ੍ਹਤੀ ਜਿਹੜੀ ਆੜ੍ਹਤੀ ਕਰਤੀ ਤਕਰੀਬਨ ਕੋਈ 40 ਰੁਪਏ ਕੁਇੰਟਲ। ਸਾਡੀ ਯੂਨੀਅਨ ਦੀ ਮੰਗ ਇਹ ਆ ਵੀ ਸਾਡੀ 2.5% ਕਮਿਸ਼ਨ ਜਿਹੜੀ ਆ ਉਹ ਬਰਕਰਾਰ ਰੱਖੀ ਜਾਵੇ, ਜਿਸ ਤਰ੍ਹਾਂ ਹਰਿਆਣੇ ਸਰਕਾਰ ਨੇ ਕੀਤੀ ਆ ਉਸੇ ਤਰੀਕੇ ਨਾਲ ਵੀ ਸਾਡੇ ਪੰਜਾਬ ਦੇ ਆੜ੍ਹਤੀਆਂ ਨੂੰ ਕਮਿਸ਼ਨ ਮਿਲੇ। ਸੈਕਿੰਡ, ਸਾਡੇ ਜਿਵੇਂ ਜਿਹੜੇ ਮਜ਼ਦੂਰ ਭਰਾ ਨੇ ਉਹਨਾਂ ਦੀ ਮਜ਼ਦੂਰੀ ਸਾਡੇ ਹਰਿਆਣੇ ਨਾਲੋਂ ਬਹੁਤ ਘੱਟ ਆ, ਜਿਵੇਂ ਕਿ ਲੋਡਿੰਗ 1.92 ਰੁਪਏ ਸਾਡੇ ਇੱਥੇ, ਹਰਿਆਣੇ ਦੇ ਵਿੱਚ 3.10 ਰੁਪਏ। ਅਤੇ ਸਾਨੂੰ ਇਹ ਆ ਵੀ ਜਿਹੜੀ ਲੋਡਿੰਗ ਕਰਵਾਉਣੀ ਪੈਂਦੀ ਆ ਆਪਣੇ ਕੋਲੋਂ ਪੈਸੇ ਦੇ ਕੇ ਅਤੇ ਲੋਡਿੰਗ ਕਰਵਾਉਣੀ ਪੈਂਦੀ ਆ, ਗੌਰਮੈਂਟ ਆਫ ਇੰਡੀਆ ਹਰਿਆਣੇ ਦੇ ਮੁਤਾਬਕ ਸਾਡੀ ਲੇਬਰ ਅਤੇ ਉਹਦੇ ਮੁਤਾਬਕ ਸਾਡੀ ਕਮਿਸ਼ਨ ਜਿਹੜੀ ਆ ਉਹ ਲਾਗੂ ਕਰੇ। ਸੈਕਿੰਡਲੀ ਇਹ ਆ ਵੀ ਜਿਹੜੇ ਸੈਲਰ ਯੂਨੀਅਨ ਨੇ ਹੜਤਾਲ ਕੀਤੀ ਉਹਨਾਂ ਨੇ ਅੱਜ ਤੱਕ ਪੰਜਾਬ ਵਿੱਚ ਕਿਸੇ ਨੇ ਵੀ ਐਗਰੀਮੈਂਟ ਨਹੀਂ ਕੀਤਾ, ਜਦ ਤੱਕ ਐਗਰੀਮੈਂਟ ਨਹੀਂ ਹੁੰਦਾ ਸਾਡੀ ਯੂਨੀਅਨ ਨੂੰ ਉਹਨਾਂ ਚਿਰ ਤੱਕ ਮਾਲ ਨੂੰ ਬਾਰਦਨ 'ਚ ਨਹੀਂ ਪਊ। ਆੜ੍ਹਤੀ ਯੂਨੀਅਨ ਜਿਹੜਾ ਇੱਕ ਵੀ ਆੜ੍ਹਤੀ ਇੱਕ ਬੋਰੀ ਨਹੀਂ ਭਰੂਗਾ ਕਿਉਂਕਿ ਉਸ 72 ਘੰਟੇ ਤੱਕ ਉਹਦੀ ਸਰਕਾਰ ਦੀ ਜ਼ਿੰਮੇਵਾਰੀ ਆ, ਉਹ ਤੋਂ ਬਾਅਦ ਜੇ ਮਹੀਨਾ ਜਾਂ 10 ਦਿਨ ਰਹਿ ਗਿਆ ਝੋਨਾ ਉਹ 'ਚ ਜੋ ਸ਼ੋਰਟੇਜ ਆ ਉਹ ਆੜ੍ਹਤੀ ਦੇ ਖਾਤੇ ਪਏਗੀ ਅਤੇ ਅਸੀਂ ਇਹਨਾਂ ਵੱਲੋਂ 42 ਰੁਪਏ ਜਾਂ 40 ਰੁਪਏ ਆੜ੍ਹਤ ਦੇ ਵਿੱਚੋਂ ਆਪਾਂ ਇਹ ਭਰਪੂਰ ਨਹੀਂ ਕਰ ਸਕਦੇ। ਇਸ ਕਰਕੇ ਜਿਹੜੀ ਯੂਨੀਅਨ ਸਾਡੀ ਯੂਨੀਅਨ ਜੋ ਪੰਜਾਬ ਦੀ ਸਾਡੀ ਯੂਨੀਅਨ ਵਿਜੇ ਕਾਲੜਾ ਜੀ ਜੋ ਫੈਸਲਾ ਲਏਗੀ ਪੂਰੇ ਪੰਜਾਬ ਦਾ ਫੈਸਲਾ ਇੱਕੋ ਹੀ ਹੋਊਗਾ, ਉਹਦੇ ਮੁਤਾਬਿਕ ਆਪਾਂ